सचखंड श्री दरबार साहिब दे पवित्र सरोवर विच जिस नहर तो जल जाता है अते जिस हंसनी राही जल जाता है ओ हंसनी दी कार सेवा अज कार सेवा वाले महापुरश बाबा अमरीक सिंह जी ने हंसली दी साफ सफाई दी कार सेवा शुरू की। इस संबंधी गलबात करदिया बाबा जी ने दसिया कि जो अमृतसर तारा वाला पुल है इथों जल सचखंड श्री दरबार साहिब अते अमृतसर विच चार होर गुरद्वारियां विच दे सरोवर विच जांदा है अते नहर च गंदगी होण करके हुण ओह हंसली ते सरोवर दी कार सेवा शुरू कीती गई अते पहला आनंद साहिब दा पाठ करके कीर्तन करके दरबार अरदास करन तों बाद कार सेवा शुरू कीती गई अते इह सेवा 3 दिन तक चलेगी। रिपोर्ट चमन लाल, पत्रकार अमृतसर। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਨੂੰ ਖਾਲਸਾ ਸਾਧ ਸੰਗਤ ਜੀਓ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਵਸਾਈ ਹੋਈ ਪਾਵਨ ਪਵਿੱਤਰ ਨਗਰੀ ਵਸਦੇ ਸਗਲੇ ਅਪਾਰ ਅਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ, ਨਿੱਟੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੇ ਤਾਂ ਤੋ ਸੋਹਿਆ, ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਜਾਂ ਸਰੋਵਰਾਂ ਨੂੰ ਜਾਣ ਵਾਲਾ ਜਲ ਜੋ ਮੇਨ ਹੰਸਲੀ ਦੇ ਉੱਤੇ ਸਟੋਰ ਹੁੰਦਾ ਹੈ, ਉਸ ਪਾਵਨ ਸਰੋਵਰ ਦੀ ਪਾਵਨ ਹੰਸਲੀ ਦੀ ਸਫਾਈ ਵਾਸਤੇ ਕਾਰ ਸੇਵਾ ਬਾਬਾ ਅਮਰੀਕ ਸਿੰਘ ਵਾਲਿਆਂ ਮਹਾਂਪੁਰਖਾਂ ਵੱਲੋਂ ਸਿੱਖ ਸੰਗਤਾਂ ਦੀ ਭਾਰੀ ਸ਼ਮੂਲੀਅਤ ਵਿੱਚ ਗੁਰਮੁਖ ਸਵਾਗਤ ਕਰਵਾ ਕੇ ਕੀਤੀ ਗਈ। ਸੋ ਸਾਡੇ ਗੁਰੂ ਦਾ ਉਪਦੇਸ਼ ਹੈ ਕਿ ਭਾਈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚ ਹੋ ਜਾਏ। ਐਸੇ ਸੁਭਾਗ ਸਮੇਂ ਤੇ ਆਪ ਸੰਗਤਾਂ ਨੂੰ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੰਜ ਸਰੋਵਰ ਨੇ ਜੀ, ਵਿਵੇਕਸਰ ਸਾਹਿਬ, ਰਾਮਸਰ ਸਾਹਿਬ ਅਤੇ ਸੰਤੋਖਸਰ ਸਾਹਿਬ, ਕੌਲਸਰ ਸਾਹਿਬ, ਸ਼੍ਰੀ ਦਰਬਾਰ ਸਾਹਿਬ। ਨਹੀਂ ਇਹਦੇ ਬਾਰੇ ਤਾਂ ਮਿਸਤਰੀ ਦੱਸ ਸਕਦੇ ਆ। ਬਾਬਾ ਜੀ ਕਿੰਨੇ ਦਿਨ ਤੱਕ ਇਹ ਕਾਰ ਸੇਵਾ ਚੱਲੇਗੀ? ਕਾਰ ਸੇਵਾ ਤੇ ਭਾਵੇਂ ਇੱਕ ਦਿਨ ਚ ਪੂਰੀ ਹੋ ਜਾਵੇ ਤੇ ਭਾਵੇਂ 4 ਦਿਨਾਂ ਚ ਪੂਰੀ ਹੋ ਜਾਵੇ, ਸੰਗਤਾਂ ਤੇ ਡਿਪੈਂਡ ਕਰਦਾ। ਇਸ ਤੋਂ ਅੱਗੇ ਜਿਹੜੇ ਹੰਸਰੀਆਂ ਉਹਨਾਂ ਦੀ ਵੀ ਕਾਰ ਸੇਵਾ ਕੀਤੀ ਜਾ ਸਕਦੀ ਹੈ? ਜਿੱਥੇ ਘਿਓ ਮੰਡੀ ਜਲ ਸਟੋਰ ਹੁੰਦਾ, ਜਿੱਥੋਂ ਅੱਗੇ 5 ਸਰੋਵਰਾਂ ਨੂੰ ਡਿਵਾਈਡ ਹੁੰਦਾ, ਸ਼ੁਰੂ ਕਰਨ ਦਾ ਮਤਲਬ ਇਹ ਹੈ ਕਿ ਸਾਰੀ ਕਰਕੇ ਆਣਗੇ। ਠੀਕ ਹੈ ਜੀ ਜੀ। ਭਾਈ ਅਮਰੀਕ ਸਿੰਘ ਜੀ, ਜੋ ਇਹ ਜਲ ਦੀ ਸੇਵਾ ਹੈ, ਇਹ 5 ਸਰੋਵਰਾਂ ਦੀ ਹੌਦ ਨਮੂਨਾ ਜਿਵੇਂ ਕਿ ਟੈਂਕ ਕਹਿੰਦੇ ਨੇ ਇਹਨੂੰ, ਇਹਦੀ ਲੰਬਾਈ 185 ਫੁੱਟ ਲੰਬਾਈ ਹੈ ਔਰ 55 ਫੁੱਟ ਚੜਾਈ ਹੈ। ਇਸਦਾ ਜੋ ਜਲ ਹੈ 12 ਤੋਂ 15 ਫੁੱਟ ਰਹਿੰਦਾ, ਇਹਦੀ ਛੱਤ ਦੀ ਉਚਾਈ ਹੈ ਅੰਦਾਜ 19 ਫੁੱਟ ਦੀ ਹੈ। ਇਹ 5 ਸਰੋਵਰਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਕੌਸਰ ਸਾਹਿਬ, ਸੰਤੋਖਸਰ ਸਾਹਿਬ ਜੀ, ਰਾਮਸਰ ਸਾਹਿਬ, ਵਿਵੇਕਸਰ ਸਾਹਿਬ, ਇਹ 5 ਸਰੋਵਰਾਂ ਇੱਥੋਂ ਹੀ ਜਲ ਜਾਂਦਾ। ਇੱਥੋਂ ਹੀ ਜੋ ਨਹਿਰ ਦੇ ਵਿੱਚੋਂ ਡਾਇਰੈਕਟ ਪਾਣੀ ਪਹਿਲਾਂ ਹੌਦ ਵਿੱਚ ਦੀ ਹੋ ਕੇ ਜਾਂਦਾ ਸੀ, ਹੁਣ ਅੱਗੇ ਕੋਸ਼ਿਸ਼ ਕਰਾਂਗੇ ਕਿ ਇਹਦੇ 'ਚ ਫਿਲਟਰ ਲਗਾਏ ਜਾਣ ਜੋ ਦਰਬਾਰ ਸਾਹਿਬ ਨੂੰ ਸਾਫ਼ ਸੁਥਰਾ ਪਾਣੀ ਚਾਹੀਦਾ। ਕਿੰਨੇ ਫਿਲਟਰ ਲਗਾਏ ਜਾਣ ਅੰਦਾਜ਼ਾ? ਇਹਦੇ 'ਚ ਫਿਲਟਰਾਂ ਦੀ ਪਹਿਲਾਂ ਨਹਿਰ ਦੇ ਉੱਤੇ ਆ, ਫਿਰ ਅੰਦਾਜ਼ਾ 4 ਫਿਲਟਰ ਇੱਥੇ, 4 ਜਗ੍ਹਾ 'ਤੇ ਪਾਣੀ ਵਾਸ਼ ਕੀਤਾ ਜਾਵੇਗਾ ਜਿੱਥੇ। ਮੈਂ ਬੇਨਤੀ ਕਰਦਾ ਕਿ ਸ਼ਹਿਰ ਦੇ ਇਲਾਕੇ ਦੀ ਸੰਗਤਾਂ ਨੂੰ ਕਿ ਉਹ ਵੱਧ ਤੋਂ ਵੱਧ ਸੰਗਤ ਵਿੱਚ ਆ ਕੇ ਸਹਿਯੋਗ ਕਰਨ, ਕਿ ਜੋ 5 ਸਰੋਵਰਾਂ ਦੀ ਸੇਵਾ ਦਾ ਲਾਹਾ ਲੈ ਸਕਣ, ਸੇਵਾ ਦਾ ਫਲ ਲੈਣਾ ਚਾਹੁੰਦੇ ਨੇ, ਉਹ ਇੱਥੇ ਜੋ ਹੌਦ ਦੀ ਸਫਾਈ ਹੋਣ ਵਾਲੀ ਆ, ਇਹਦੇ ਸੇਵਾ ਦੇ ਆ ਕੇ ਸਹਿਯੋਗ ਕਰਨ ਜੀ। ਪ੍ਰਧਾਨ ਜੀ ਪੂਰੇ 10 ਵਜੇ ਆਉਣਾ ਸੀ, ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਅੰਦਾਜ਼ਾ 12:30 ਕਰੀਬ ਇੱਥੇ ਆ ਰਹੇ ਨੇ, ਉਹ ਵੀ ਸੇਵਾ 'ਚ ਸਹਿਯੋਗ ਕਰਨਗੇ। ਜੋ ਇਹ ਹੰਸਲਿਆਂ ਦੀ ਜ਼ਿੰਮੇਵਾਰੀ ਹੈ, ਇਹ ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਦੀ ਸੇਵਾ ਹੈ। ਉਸੇ ਸੰਪਰਦਾ ਦੇ ਜੋ ਪ੍ਰਮੁੱਖ ਚੱਲਦੇ ਆਏ ਨੇ, ਬਾਬਾ ਜੀਵਨ ਸਿੰਘ ਜੀ, ਬਾਬਾ ਦਲੀਪ ਸਿੰਘ ਜੀ, ਬਾਬਾ ਖੜਕ ਸਿੰਘ ਜੀ, ਬਾਬਾ ਹਰੀ ਸਿੰਘ ਜੀ ਔਰ ਬਾਬਾ ਜਗਤਾਰ ਸਿੰਘ ਜੀ, ਇਸ ਸੇਵਾ ਨੂੰ ਨਿਰਵਿਘਨ ਕਰਾਉਂਦੇ ਆ ਰਹੇ ਨੇ, ਹੁਣ 10 ਇਸ ਦੇ ਸਹਿਯੋਗ ਕਰ ਰਹੇ ਜੀ।